ਅੱਗੇ ਦੁਪਹਿਰ ਹੈ ਸਰਦਾਰ ਪੰਛੀ ਉਹਨਾਂ ਦੀ ਜਿਹੜੀ ਖਾਸ ਫਿਲਮ ਦਿਖਾਈ ਜਾਏਗੀ ਜਨਾਬ ਕਲਸੀ ਸਾਹਿਬ ਉਹਨਾਂ ਵੱਲੋਂ ਜਿਹੜਾ ਕਿ ਜਿਹਨਾਂ ਨੇ ਪਹਿਲਾਂ ਵੀ ਕਾਫੀ ਡਾਕੂਮੈਂਟਰੀਜ਼ ਜਿਹੜੀਆਂ ਬਣਾਈਆਂ ਨੇ ਸਾਨੂੰ ਦੇਖਣ ਦਾ ਮੌਕਾ ਮਿਲਦਾ ਰਿਹਾ ਸਰਦਾਰ ਪੰਛੀ ਉਹਨਾਂ ਨੂੰ ਮੈਨੂੰ ਕਾਫੀ ਵਾਰੇ ਪਹਿਲਾਂ ਉਹਨਾਂ ਨੂੰ ਅਕਸਰ ਸੁਣਨ ਦਾ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਦਾ ਰਿਹਾ ਉਹਨਾਂ ਵਕਤਾਂ ਦੇ ਵਿੱਚ ਜਿਹੜੇ ਕਵੀ ਦਰਬਾਰ ਹੋਇਆ ਕਰਦੇ ਸੀ ਤਕਰੀਬਨ ਗੁਰਦੁਆਰੇ ਵਿੱਚ ਹੋਇਆ ਕਰਦੇ ਸੀ ਜੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਤਾਂ ਗੁਰਦੁਆਰੇ ਵਿੱਚ ਇੱਕ ਦਿਨ ਕਵੀ ਦਰਬਾਰ ਵਾਸਤੇ ਹੀ ਰੱਖਿਆ ਜਾਂਦਾ ਸੀ ਔਰ ਬਾਅਦ ਦੇ ਵਿੱਚ ਫਾਰਮਲ ਕਵੀ ਦਰਬਾਰ ਜਿਹੜੇ ਨੇ ਬਾਹਰ ਹੋਣੇ ਸ਼ੁਰੂ ਹੋਏ ਆਲ ਫੜ ਸਾਡਾ ਬੇਦਾਵਾ ਅਸੀਂ ਨਹੀਂ ਤੇਰੇ ਸਿੰਘ ਤੇ ਤੂੰ ਨਹੀਂ ਇਹ ਕਹਿਣ ਦਾ ਜ਼ੇਰਾ ਵੀ ਨਹੀਂ ਇਹਨੇ ਵੀ ਬੇਮੁਖ ਸਾਥੋਂ ਨਹੀਂ ਹੋਇਆ ਇਹ ਕਹਿਣ ਦਾ ਜ਼ੇਰਾ ਵੀ ਨਹੀਂ ਇਹਨੇ ਵੀ ਬੇਮੁਖ ਸਾਥੋਂ ਨਹੀਂ ਹੋਇਆ ਜਾਣਾ ਪਰ ਸਾਥੋਂ ਨਹੀਂ ਲੜ ਹੁੰਦਾ ਜ਼ਿੰਦਗੀ ਭਰ ਧਰਮ ਯੁੱਧ ਸਾਥੋਂ ਨਹੀਂ ਲੜ ਹੁੰਦਾ ਜ਼ਿੰਦਗੀ ਭਰ ਇਹ ਧਰਮ ਯੁੱਧ ਕਿਸੇ ਵੀ ਧਰਮ ਅਨਿਆਂ ਅੰਧਕਾਰ ਅਤਿਆਚਾਰ ਜ਼ੁਲਮ ਵਿਭਚਾਰ ਦੇ ਖਿਲਾਫ ਦਸਮ ਪਾਤਸ਼ਾਹ ਅਸੀਂ ਕਿੱਥੇ ਹਾਂ ਤੇਰੇ ਸਿੰਘ ਤੇਰੀ ਸਰਦਰ ਤੇ ਝੁਕਦੇ ਹਾਂ ਤਾਂ ਸਾਡੀ ਅਰਦਾਸ ਵਿੱਚ ਸ਼ਾਮਿਲ ਹੋ ਜਾਂਦਾ ਹੈ ਸਾਡੇ ਬੱਚਿਆਂ ਦਾ ਸੁੱਖ ਖੁਸ਼ੀ ਕਾਮਯਾਬੀ ਫਿਰ ਉਹਨਾਂ ਦੇ ਬੱਚਿਆਂ ਦੀ ਫਿਰ ਉਹਨਾਂ ਦੇ ਬੱਚਿਆਂ ਦਸਮ ਪਾਤਸ਼ਾਹ ਅਸੀਂ ਕਿੱਥੇ ਹਾਂ ਤੇਰੇ ਸਿੰਘ ਤੇਰੀ ਸਰਦਰ ਤੇ ਝੁਕਦੇ ਹਾਂ ਤਾਂ ਸਾਡੀ ਅਰਦਾਸ ਵਿੱਚ ਸ਼ਾਮਿਲ ਹੋ ਜਾਂਦਾ ਹੈ ਸਾਡੇ ਬੱਚਿਆਂ ਦਾ ਸੁੱਖ ਖੁਸ਼ੀ ਕਾਮਯਾਬੀ ਫਿਰ ਉਹਨਾਂ ਦੇ ਬੱਚਿਆਂ ਦੀ ਫਿਰ ਉਹਨਾਂ ਦੇ ਬੱਚਿਆਂ ਦੀ ਪੰਜਾਬੀ ਦੀ ਹੁੰਦੀ ਹੈ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਵੀ ਗੱਲ ਹੁੰਦੀ ਹੈ ਇਹ ਗੱਲਾਂ ਸਿਰਫ ਕਹਿਣ ਨੂੰ ਹੀ ਬਣ ਗਈਆਂ ਨੇ ਕਿ ਜੀ ਇਹ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਗੱਲਾਂ ਇੱਕੋ ਹੀ ਨੇ ਤੇ ਮੈਂ ਸਾਡੇ ਵਿਚਕਾਰ ਕੁਝ ਵੀਰ ਉਧਰਲੇ ਪੰਜਾਬ ਤੋਂ ਤੋਂ ਵੀ ਪਾਕਿਸਤਾਨ ਤੋਂ ਵੀ ਹਾਜ਼ਰ ਨੇ ਔਰ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਵੀ ਮੈਨੂੰ ਜਾਣ ਦਾ ਅਕਸਰ ਮੌਕਾ ਮਿਲਦਾ ਔਰ ਬੜਾ ਮਾਣ ਮਹਿਸੂਸ ਹੁੰਦਾ ਔਰ ਬੜਾ ਚੰਗਾ ਮਹਿਸੂਸ ਹੁੰਦਾ ਖਿੱਚ ਨੋਹਾਂ ਤੋਂ ਮਾਸ ਤੇ ਰੂਹ ਜਿਸਮੋ ਖਿੱਚ ਨੋਹਾਂ ਤੋਂ ਮਾਸ ਤੇ ਰੂਹ ਜਿਸਮੋ ਜਿਉਂਦੇ ਤੁਸੀਂ ਵੀ ਰਹੇ ਅਤੇ ਜਿਉਂਦੇ ਅਸੀਂ ਵੀ ਰਹੇ ਲਾਲੀ ਅੱਖਾਂ ਦੀ ਪਈ ਦੱਸਦੀ ਏ ਲਾਲੀ ਅੱਖਾਂ ਦੀ ਪਈ ਦੱਸਦੀ ਏ ਰੋਂਦੇ ਤੁਸੀਂ ਵੀ ਰਹੇ ਅਤੇ ਰੋਂਦੇ ਅਸੀਂ ਵੀ ਰਹੇ ਇਹ ਬਾਕੀ ਦੀਆਂ ਗੱਲਾਂ ਸਾਰੀਆਂ ਬੜੀਆਂ ਬਣਾਈਆਂ ਨੇ ਇਹ ਜੀ ਪਾਕਿਸਤਾਨ ਹੈ ਅਤੇ ਇਹ ਇੰਡੀਆ ਜੀ ਸਾਡੀਆਂ ਬੋਲੀਆਂ ਸਾਂਝੀਆਂ ਸਾਡਾ ਖਾਣ ਪੀਣ ਸਾਂਝਾ ਸਾਡੇ ਹਾਸੇ ਸਾਂਝੇ ਸਾਡੇ ਹਕੀਂਦਾ ਕੀ ਲਗੇਂਦਾ ਹੀ ਪੰਜਾਬੀ ਵੇਖੋ ਘੋੜੇ 'ਤੇ ਚੜ੍ਹੇਂਦੀ ਏ ਹਕੀਂਦਾ ਕੀ ਲਗੇਂਦਾ ਹੀ ਇਹਦਾ 'ਤੇ ਮੈਂ ਨਾਂ ਨਹੀਂ ਲੈਣਾ ਮੇਰਾ ਨਾਂ ਏ ਜੀਆਂ ਇਹਦੀ ਸੱਸ ਅਤੇ ਮੇਰੀ ਸੱਸ ਲੱਗਣ ਮਾਵਾਂ ਧੀਆਂ ਇਹ ਅਗਲੀ ਵਾਰੀ ਮੈਂ ਤੁਹਾਨੂੰ ਫਿਰ ਪੁੱਛ ਲਵਾਂਗੀ ਮੈਂ ਗੁਜ਼ਾਰਿਸ਼ ਕਰਾਂਗੀ ਜਨਾਬ ਰਿਆਜ਼ ਚੀਮਾ ਨੂੰ ਕਿ ਉਹ ਸਟੇਜ 'ਤੇ ਆ ਕੇ ਆਪਣਾ ਕਲਾਮ ਸਾਡੇ ਨਾਲ ਜੋ ਵੀ ਕਵਿਤਾ ਨਜ਼ਮ ਸਾਂਝੀ ਕਰਨਾ ਚਾਹੁੰਦੇ ਨੇ ਰਿਆਜ਼ ਚੀਮਾ ਜ਼ੋਰਦਾਰ ਤਾਲੀ ਉਹ ਇਸ ਤਰ੍ਹਾਂ ਹੈ ਕਿ ਹੁਣ ਪਿੱਛੇ ਚਾਹ ਅਸੀਂ ਪੀ ਰਹੇ ਸੀ ਅਤੇ ਉਹਦੇ ਵਿੱਚ ਇੱਕ ਸਾਡੀ ਭੈਣ ਉਹ ਆ ਕੇ ਕਿਸੇ ਦੂਸਰੇ ਨੂੰ ਗਲੇ ਲੱਗੇ ਅਤੇ ਮੈਂ ਉਹਨਾਂ ਨੂੰ ਕਿਹਾ ਜੀ ਇਹ ਡਿਸਕ੍ਰਿਮੀਨੇਸ਼ਨ ਮੈਂ ਕਿਹਾ ਤੁਸੀਂ ਉਹਨਾਂ ਨੂੰ ਮਿਲੇ ਉਹ ਮੈਨੂੰ ਨਹੀਂ ਮਿਲੇ ਇਹ ਕੋਈ ਚੰਗੀ ਗੱਲ ਨਹੀਂ ਉਹ ਕਹਿਣ ਲੱਗੇ ਉਹ ਮੇਰਾ ਹਸਬੈਂਡ ਹੈ ਤੂੰ ਮੇਰਾ ਹਸਬੈਂਡ ਨਹੀਂ ਹੈਗਾ ਹਾਂਜੀ ਨਹੀਂ ਤਾਲੀਆਂ ਚਲੋ ਜਿਹਨੂੰ ਜਿਹਦੇ ਜਿਹਦੇ ਹੱਥ ਖਾਲੀ ਹੁਣ ਮਾਰਦਾ ਰਹੇ ਉਹਦੇ ਨਾਲ ਮੈਨੂੰ ਜ਼ਰਾ ਐਨਰਜੀ ਮਿਲਦੀ ਰਹਿੰਦੀ ਹੈ ਅਤੇ ਇਹ ਗੱਲ ਜਿਹੜੀ ਆ ਮੈਂ ਸੁਣਾ ਰਿਹਾ ਇਹਦੇ ਵਿੱਚ ਹੈ ਨਹੀਂ ਸੀ ਲੇਕਿਨ ਇਹ ਚੌਂਕੇ ਵਿੱਚ ਆ ਗਈ ਅਤੇ ਇਸ ਵਾਸਤੇ ਉਹ ਮੈਨੂੰ ਸੁਣਾਉਣੀ ਪੈ ਗਈ ਹੱਸਣ ਵਾਸਤੇ ਕਾਰਨ ਜ਼ਰੂਰ ਹੋਣਾ ਚਾਹੀਦਾ ਵਰਨਾ ਬੰਦਾ ਫਜ਼ੂਲ ਹੀ ਹੱਸਦਾ ਰਹੇ ਲੋਕ ਇਹਦੇ ਸ਼ਿਦਾਈ ਜਿਹਾ ਹੈਗਾ ਅਤੇ ਹੱਸਣ ਵਾਸਤੇ ਕਾਰਨ ਜ਼ਰੂਰੀ ਜਿਸ ਤਰ੍ਹਾਂ ਵੇਖਿਆ ਤੁਸੀਂ ਹੋਣਾ ਕਿ ਚਾਈਨੀ ਬਾਬੇ ਜਿਹੜੇ ਆ ਪਾਰਕਾਂ ਦੇ ਵਿੱਚ ਜਾ ਕੇ ਫਜ਼ੂਲ ਹੱਸਦੇ ਰਹਿੰਦੇ ਹਾ 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 ਉਹਦੇ 'ਚ ਪ੍ਰੋਬਲਮ ਕੀ ਹੁੰਦੀ ਹੈ ਵਿਚਾਰੇ ਭੁੱਖੇ ਆਏ ਹੁੰਦੇ ਆ ਅਤੇ ਬਾਅਦ 'ਚ ਗ੍ਰੈਂਡ ਵੈਲੀ ਹਾਸਪਿਟਲ 3-4 ਉਹਨਾਂ 'ਚ ਜ਼ਰੂਰ ਟੁੱਟ ਜਾਂਦੇ ਭੁੱਖੇ ਪੇਟ ਹੱਸਣਾ ਔਰ ਬੇਮਕਸਦ ਹੱਸਣਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਲੇਕਿਨ ਅਗਰ ਵਾਕਈ ਹਾਸੇ ਵਾਲੀ ਗੱਲ ਹੋਵੇ ਉਹਨੂੰ ਰੋਕਣਾ ਵੀ ਚੰਗੀ ਗੱਲ ਨਹੀਂ ਹੁੰਦੀ ਇਹਦੇ ਨਾਲ ਗੈਸ ਟ੍ਰਬਲ ਹੋ ਜਾਂਦੀ ਹੈ ਅੱਜ ਸੁਣਿਆ ਸੀ ਕਿ ਕੋਈ ਕਿਤਾਬ ਦਾ ਤੁਸੀਂ ਕੋਈ ਕਰ ਰਹੇ ਹੋ ਵੀਡੀਓ ਵਿਖਾ ਰਹੇ ਹੋ ਲਾਂਚ ਕਰ ਰਹੇ ਹੋ ਇਸ ਤਰ੍ਹਾਂ ਹੀ ਇੱਕ ਕਿਤਾਬ ਸੀ
ਉਹਦਾ ਟਾਈਟਲ ਚੇਂਜ ਹੋਣ ਦੀ ਵਜ੍ਹਾ ਤੋਂ ਉਹ ਕਿਤਾਬ 2 ਦਿਨਾਂ ਵਿੱਚ 1 ਮਿਲੀਅਨ ਵਿਕ ਗਈ। ਉਹਦੀ ਵਜ੍ਹਾ ਕੀ ਸੀ ਕਿ ਉਹਦਾ ਟਾਈਟਲ ਸੀ ਹਾਊ ਟੂ ਚੇਂਜ ਯੂਅਰ ਲਾਈਫ, ਲੇਕਿਨ ਟਾਈਪਿੰਗ ਮਿਸਟੇਕ ਹੋ ਗਈ ਹਾਊ ਟੂ ਚੇਂਜ ਯੂਅਰ ਵਾਈਫ, ਅਤੇ ਉਹ ਬਹੁਤ ਵਿਕੀ ਕਿਤਾਬ, ਤਕਰੀਬਨ 2 ਮਿਲੀਅਨ ਜਿਹੜੀ ਹੈ ਵਿਕੀ। ਇਸੇ ਤਰ੍ਹਾਂ ਚੀਮਾ ਸਾਹਿਬ ਇੱਥੇ ਬੈਠੇ ਹੋਏ ਆ, ਕਹਿਣ ਲਏ ਕਿ ਕੋਈ ਬੰਦਾ ਕਾਲਜ ਦੀ ਆਪਣੇ ਵਿਜ਼ਿਟ ਕਰਨ ਵਾਸਤੇ ਗਿਆ, ਜਾ ਕੇ ਉਹਨੇ ਵੇਖਿਆ ਕਿ ਉਹਨੇ ਕਿਹਾ ਜੀ ਸੇਮ ਓਲਡ ਕਾਲਜ, ਸੇਮ ਓਲਡ ਕਲਾਸਰੂਮ, ਸਾਰਾ ਫਿਰਦਾ ਰਿਹਾ, ਬਾਹਰ ਨਿਕਲਿਆ ਕਹਿੰਦਾ ਜੀ ਸੇਮ ਓਲਡ ਗਾਰਡਨ। ਉੱਥੇ ਕੁੜੀਆਂ ਮੁੰਡੇ ਇਕੱਠੇ ਬੈਠੇ ਹੋਏ ਸੀ, ਇੱਕ ਇੱਕ ਕੁੜੀ ਇੱਕ ਇੱਕ ਮੁੰਡਾ, ਕਹਿਣਾ ਸੇਮ ਓਲਡ ਰੋਮਾਂਸਿਸ, ਵੇਖਿਆ ਨਾ ਨਾਲ ਬੰਦਾ ਹੋਵੇ ਫਿਰ ਫਾਇਦਾ ਮਤਲਬ ਇਹਦਾ ਹੋ ਜਾਂਦਾ। ਅਤੇ ਇਹਨਾਂ ਨੇ ਗੱਲ ਪਹਿਲਾਂ ਹੀ ਮੁਕਾਤੀ ਉਹਨਾਂ, ਖੈਰ ਉਹਨੇ ਕਿਹਾ ਜੀ ਸੇਮ ਓਲਡ ਰੋਮਾਂਸ, ਉਹ ਕੁੜੀ ਕਹਿਣ ਲੱਗੀ ਅਸੀਂ ਦੋਵੇਂ ਭੈਣ ਭਰਾ, ਕਹਿੰਦੇ ਸੇਮ ਓਲਡ ਐਕਸਕਿਊਜ਼ਸ। ਬੱਚਾ ਇੱਕ ਦਿਨ ਕਿਤਾਬ ਪੜ੍ਹ ਰਿਹਾ ਸੀ ਹਾਊ ਟੂ ਰੇਜ਼ ਯੂਅਰ ਚਿਲਡਰਨ, ਉਹਨੂੰ ਕਿਸੇ ਨੇ ਪੁੱਛਿਆ ਕਿ ਤੈਨੂੰ ਕੀ ਲੋੜ ਹੈ ਪੜ੍ਹਨ ਦੀ, ਉਹ ਕਹਿੰਦਾ ਜੀ ਮੈਨੂੰ ਕੀ ਪਤਾ ਕਿ ਮੇਰੀ ਮਾਤਾ ਜਿਹੜੀ ਸਹੀ ਮੈਨੂੰ ਰੇਜ਼ ਕਰ ਰਹੀ ਹੈ ਕਿ ਨਹੀਂ, ਮੈਂ ਇਸ ਵਾਸਤੇ ਇਹਨੂੰ ਚੈੱਕ ਕਰ ਰਿਹਾ। ਉਹਦੇ ਬਾਅਦ ਬੱਚੇ ਨੇ ਪੁੱਛਿਆ ਆਪਣੀ ਮਾਂ ਨੂੰ ਕਿ ਮੇਰੀ ਕਦੋਂ ਇੰਨੀ ਏਜ ਹੋਏਗੀ ਕਿ ਮੈਂ ਬਗੈਰ ਪੁੱਛਣ ਤੋਂ ਬਾਹਰ ਜਾ ਸਕਾਂਗਾ। ਹੁਣ ਤਾਂ ਪੁੱਛਣਾ ਪੈਂਦਾ ਬੱਚਿਆਂ ਨੂੰ ਕਿ ਜੀ ਮੈਂ ਬਾਹਰ ਜਾਣਾ, ਮੈਂ ਫਲਾਣੇ ਫਰੈਂਡ ਕੋਲ ਜੀ, ਉਹ ਕਹਿੰਦੇ ਪੋਤੋ ਏਜ ਤੇਰੀ ਨਹੀਂ ਆਉਣੀ, ਅਜੇ ਤੱਕ ਤੇਰੇ ਬਾਪੂ ਦੀ ਨਹੀਂ ਆਈ, ਤੇਰੀ ਕਿਵੇਂ ਆਊਗੀ। ਚੀਮਾ ਸਾਹਿਬ ਤੁਸੀਂ ਹੱਥ ਨਾ ਬੰਨੋ, ਹਿਲਾਉਂਦੇ ਰਹੋ, ਉਹਨਾਂ ਨੂੰ ਪਤਾ ਲੱਗੇਗਾ ਕਿ ਤੁਹਾਨੂੰ ਵੀ ਆਨੰਦ ਆ ਰਿਹਾ। ਤੁਸੀਂ ਇਸ ਤਰ੍ਹਾਂ ਹੱਥ ਬੰਨੇ ਹੋਏ ਜੋ ਠੰਡ ਲੱਗੀ ਹੁੰਦੀ, ਤੁਹਾਨੂੰ ਹੀਟ ਚੱਲ ਰਹੀ ਹੈ, ਆਵਾਜ਼ ਵੀ ਠੀਕ ਆ ਰਹੀ ਹੈ ਕਿਉਂਕਿ ਮਾਈਕ ਲੱਗਾ ਹੋਇਆ, ਵੈਸੇ ਤੁਹਾਨੂੰ ਐਕਸਕਿਊਜ਼ ਹੋਣੀ ਮੈਂ ਥੋੜ੍ਹਾ ਉੱਚਾ ਸੁਣਦਾ, ਅਤੇ ਉਹ ਵੀ ਕੋਈ ਮਸਲਾ ਨਹੀਂ। ਉਹਦੇ ਬਾਅਦ ਮਾਂ ਨੇ ਆਪਣੇ ਬੱਚੇ ਨੂੰ ਕਿਹਾ ਮਹਾਤਮਾ ਗਾਂਧੀ ਕੌਣ ਹੈ, ਉਹ ਕਹਿਣ ਲੱਗਾ ਮੈਨੂੰ ਨਹੀਂ ਪਤਾ। ਉਹਨੇ ਕਿਹਾ ਆਪਣੀ ਸਟੱਡੀਜ਼ ਦੇ ਉੱਤੇ ਧਿਆਨ ਦੇ, ਫੇਲ ਹੋ ਜਾਏਗਾ। ਉਹਨੇ ਪੁੱਛਿਆ, ਬੱਚੇ ਨੇ ਕਿਹਾ ਮਾਂ ਨੂੰ ਕਵਿਤਾ ਆਂਟੀ ਕੌਣ ਹੈ, ਉਹ ਕਹਿਣ ਲਈ ਮੈਨੂੰ ਨਹੀਂ ਪਤਾ। ਉਹਨੇ ਕਿਹਾ ਮੇਰੇ ਬਾਪੂ ਦੇ ਧਿਆਨ ਦੇ, ਨਹੀਂ ਤਾਂ ਤੇਰੇ ਹੱਥੋਂ ਨਿਕਲ ਜਾਣੇ। ਮੰਮੀ ਨੂੰ ਆ ਕੇ ਕਿਹਾ ਕਿ ਜੀ ਤੂੰ ਬਹੁਤ ਸੋਹਣੀ ਆ ਸ਼ਹਿਜ਼ਾਦੀਏ, ਮੈਨੂੰ 5 ਰੁਪਈਏ ਦਾ ਨੋਟ ਦੇ ਦੇ, ਮੈਂ ਅੰਨਾ ਵਾਂ। ਉਹਨੇ ਹਸਬੈਂਡ ਨੇ ਕੱਢ ਕੇ 5 ਰੁਪਈਏ ਉਹਨੂੰ ਦੇ ਦਿੱਤੇ, ਕਹਿਣ ਲਾ ਵਾਕਈ ਅੰਨਾ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ, ਅਤੇ ਥੈਂਕ ਯੂ ਸੋ ਮਚ ਤੁਹਾਡੇ ਟਾਈਮ ਦਾ। ਆਖਰੀ ਸ਼ੇਰ ਮੈਂ ਖੁਦ ਹੀ ਲਿਖਿਆ ਹੋਇਆ, ਵੈਸੇ ਮੈਂ ਕੋਈ ਲਿਖਾਰੀ ਨਹੀਂ, ਲੇਕਿਨ ਮੈਂ ਸ਼ੇਰ ਉਹ ਤੁਹਾਨੂੰ ਤੁਹਾਡੇ ਨਜ਼ਰ ਕਰਨਾ ਚਾਹੁੰਦਾ। ਪੱਥਰ ਇੱਕ ਦਿਨ ਜਾ ਕੇ ਮੰਦਰ ਮੇਂ ਬਣ ਗਿਆ ਭਗਵਾਨ, ਪੱਥਰ ਇੱਕ ਦਿਨ ਜਾ ਕੇ ਮੰਦਰ ਮੇਂ ਬਣ ਗਿਆ ਭਗਵਾਨ, ਮੈਂ ਹਰ ਰੋਜ਼ ਜਾ ਕੇ ਮਸਜਿਦ ਮੇਂ ਬਣ ਨਾ ਸਕਾ ਇਨਸਾਨ। ਥੈਂਕ ਯੂ ਸੋ ਮਚ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਗੱਲ ਹਾਸਿਆਂ ਦੀ ਸ਼ੁਰੂ ਹੋਈ ਹੈ ਅਤੇ ਮੈਂ ਇਸ ਲੜੀ ਨੂੰ ਇੱਦਾਂ ਹੀ ਅੱਗੇ ਤੋਰੀ ਚੱਲਾਂ। ਗੁਰਦਾਸ ਮੇਨ ਹਾਸ ਜਿੱਥੇ ਵੀ ਨੇ ਉਹ ਆਪਣੀ ਕੋਈ ਹਾਸ ਰਸ ਕਵਿਤਾ ਸਾਡੇ ਨਾਲ ਸਾਂਝੀ ਕਰ। ਗੁਰਦਾਸ ਮੇਨ ਹਾਸ ਅੱਜ ਪੰਗੇ ਵਾਲੀ ਗੱਲ ਇਹ ਹੈਗੀ ਹੈ ਕਿ ਇੰਨਾ ਹੱਸ ਹੁੱਸ ਗਏ ਅਤੇ ਹੁਣ ਮੈਨੂੰ ਲੱਗਦਾ ਨਹੀਂ ਕੋਈ ਗੱਲ ਬਣੀ। ਵੈਸੇ ਵੀ ਮੈਂ ਅੱਜ ਕੋਈ ਹੋਰ ਕੁਛ ਲਿਖ ਕੇ ਲਿਆ ਸੀ, ਸ਼ਾਇਦ ਤੁਹਾਨੂੰ ਪਸੰਦ ਆ ਜੇ, ਵਿੱਚ ਹਾਸਾ ਹੁਸਾ ਤਾਂ ਨਹੀਂ ਆਉਣਾ, ਐਵੇਂ ਹੱਸਣਾ ਹੋਇਆ ਤਾਂ ਹੱਸ ਲਿਓ ਕੋਈ ਗੱਲ ਨਹੀਂ। ਮੈਂ ਇੱਕ ਸ਼ੋਅ ਦੇਖਦਾ ਸੀ ਟੀਵੀ ਦੇ ਉੱਪਰ, ਤਾਂ ਇੱਕ ਆਦਮੀ ਬੜਾ ਕੁਰਖਤ ਜਿਹਾ ਸੀਗਾ, ਤਾਂ ਉਹ ਆਪਣੀ ਟੀਵੀ ਨੂੰ ਵਾਈਫ ਨੂੰ ਝਿੜਕ ਰਿਹਾ ਸੀ, ਬੇਉਦਾ ਲੱਗ ਰਿਹਾ ਸੀ। ਮੈਨੂੰ ਥੋੜ੍ਹਾ ਜਿਹਾ ਭਾਵੁਕ ਹੋ ਗਿਆ, ਮੈਂ 2-4 ਗੱਲਾਂ ਲਿਖੀਆਂ ਉਹਦੇ ਬਾਰੇ, ਤਾਂ ਟੀਵੀ ਦੇ ਨਜ਼ਰੀਏ ਤੋਂ ਲਿਖੀਆਂ ਹੈਗੀਆਂ ਵਾਈਫ ਤੋਂ, ਕਿ ਨਾ ਕਰ ਸੱਜਣਾ ਨਾ ਕਰ ਅੜੀਆਂ, ਨਾ ਕਰ ਸੱਜਣਾ ਨਾ ਕਰ ਅੜੀਆਂ, ਨਾ ਕਰ ਜ਼ੁਲਮ ਨਾ ਦੇ ਇੰਜ ਤੜੀਆਂ, ਬੀਤ ਨਾ ਜਾਵਣ ਸੜਦੇ ਕੁੜਦੇ, ਜ਼ਿੰਦਗੀ ਦੀਆਂ ਚੰਦ ਮਿਲੀਆਂ ਘੜੀਆਂ। ਕੌਣ ਠੀਕ ਤੇ ਗਲਤ ਕੌਣ ਹੈ, ਇਸ ਦਾ ਦੱਸ ਤੂੰ ਕੌਣ ਹੈ ਜੱਜ, ਕੌਣ ਠੀਕ ਤੇ ਗਲਤ ਕੌਣ ਹੈ, ਇਸ ਦਾ ਦੱਸ ਤੂੰ ਕੌਣ ਹੈ ਜੱਜ, ਛੱਟ ਕੇ ਝੂਠ ਨੂੰ ਵੱਖਰਾ ਕਰ ਦੇ, ਕਿਸ ਦੇ ਕੋਲ ਹੈ ਐਸਾ ਛੱਜ, ਅੱਗ ਨਾ ਅੱਗ ਕਦੇ ਬੁੱਝ ਨਹੀਂ ਸਕਦੀ, ਕਹਿੰਦੇ ਹਨ ਸਭ ਲੋਕ ਸਿਆਣੇ,
ਮਿਠਤ ਅਤੇ ਸਬਰ ਉਹ ਤਾਕਤ ਜੋ ਇਹ ਅੱਗ ਬੁਝਾਉਣੀ ਜਾਣੇ। ਪਤਾ ਨਹੀਂ ਜ਼ਿੰਦਗੀ ਦੀ ਗੱਡੀ ਕਿੱਥੇ ਕਦੋਂ ਤੇ ਕਿਉਂ ਰੁਕ ਜਾਵੇ, ਕਦੋਂ ਇਹ ਸਾਹਾਂ ਵਾਲੀ ਥੈਲੀ ਬਿਨ ਖਰਚਿਆਂ ਹੀ ਇਹ ਮੁੱਕ ਜਾਵੇ। ਮੇਰੇ ਤੇਰੇ ਜਿਹੇ ਸਿਕੰਦਰ, ਮੇਰੇ ਤੇਰੇ ਜਿਹੇ ਸਿਕੰਦਰ ਆਖਰ ਰੁਲ ਗਏ ਮਿੱਟੀ ਅੰਦਰ, ਸੁਖੀ ਰਹੇਗਾ ਜੇ ਮਨ ਲਏਗਾ ਜੋ ਕਹਿੰਦਾ ਹੈ ਮਸਤ ਕਲੰਦਰ। ਜ਼ਿੰਦਗੀ ਹੈ ਇੱਕ ਮਹਿਜ ਡਰਾਮਾ, ਹਰ ਕੋਈ ਹੈ ਵੱਖਰਾ ਕਿਰਦਾਰ, ਵੱਖਰੀ ਸੋਚ ਦੇ ਕਾਰਨ ਹੀ ਹਨ ਵੱਖਰੇ ਕਰਮ ਵੱਖਰੇ ਸੰਸਕਾਰ। ਬਦਲ ਲਵੇਂ ਜੇ ਕਰ ਤੂੰ ਖੁਦ ਨੂੰ, ਬਦਲ ਲਵੇਂ ਜੇ ਕਰ ਤੂੰ ਖੁਦ ਨੂੰ, ਦੁਨੀਆਂ ਤੈਨੂੰ ਬਦਲੀ ਲੱਗੂ, ਤੈਨੂੰ ਵੇਖ ਗੁਰਦਾਸ ਵੀ ਬਦਲੂ, ਅਕਲ ਵਾਲਾ ਜਦੋਂ ਦੀਵਾ ਜੋ। ਬੂਹੇ ਨੈਣਾ ਦੇ ਟੋਏ ਨੀ ਦੀਵੇ ਦੀ ਲੋਏ, ਬੂਹੇ ਨੈਣਾ ਦੇ ਟੋਏ ਨੀ ਨੇਰੇ ਅੱਜ ਚਾ ਸਾਡੇ ਲੁੱਕ ਲੁੱਕ ਰੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ। ਰੱਖੇ ਸੀ ਬਨੇਰਿਆਂ ਤੇ ਬਾਲ ਕੇ ਚਿਰਾਗ ਵੀ, ਰੱਖੇ ਸੀ ਬਨੇਰਿਆਂ ਤੇ ਬਾਲ ਕੇ ਚਿਰਾਗ ਵੀ, ਬੜੇ ਸੀ ਉਡਾਏ ਬੈਠੇ ਕੋਠਿਆਂ ਤੋਂ ਕਾਗ ਵੀ, ਹਾਸਿਆਂ ਦੇ ਪੂਰ ਸਾਡੇ ਦਰੀ ਨਾ ਖਲੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ। ਬਾਗਾਂ ਵਿੱਚ ਫੁੱਲ ਖਿੜੇ ਆਉਂਦੀਆਂ ਬਹਾਰਾਂ ਵੀ, ਚੱਲਦੀਆਂ ਲੋਆਂ ਕਦੇ ਪੈਂਦੀਆਂ ਫੁਹਾਰਾਂ ਵੀ, ਸਾਡੇ ਕੋਠੇ ਮੀਹਾਂ ਵਿੱਚ ਤਿਪ ਤਿਪ ਚੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ। ਮੀਡੀਆਂ ਚ ਰੇਤਾ ਡਿੱਗੇ ਮੱਥੇ ਚੋ ਪਸੀਨਾ ਨੀ, ਪੱਠੀਆਂ ਚ ਲੰਘੇ ਸਾਡਾ ਹੜ ਦਾ ਮਹੀਨਾ ਨੀ, ਮੀਡੀਆਂ ਚ ਰੇਤਾ ਡਿੱਗੇ ਮੱਥੇ ਚੋ ਪਸੀਨਾ ਨੀ, ਪੱਠੀਆਂ ਚ ਲੰਘੇ ਸਾਡਾ ਹੜ ਦਾ ਮਹੀਨਾ ਨੀ, ਕੌਣ ਸਾਡੀ ਕੂਕ ਸੁਣੇ ਅਸੀਂ ਅਣ ਹੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ। ਹੋ ਗਈ ਜਵਾਨੀ ਸਾਡੀ ਨਸ਼ੇ ਦੀ ਗੁਲਾਮ ਨੀ, ਸਿਖਰ ਦੁਪਹਿਰਾ ਲੱਗੇ ਜਿਵੇਂ ਟਲੀ ਸ਼ਾਮ ਨੀ, ਸਾਡੇ ਖੇਤੀ ਮੌਤ ਵਾਲੇ, ਸਾਡੇ ਖੇਤੀ ਮੌਤ ਵਾਲੇ ਬੀਜ ਕਿਨੇ ਬੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ। ਅੰਬਰਾਂ ਨੂੰ ਜਿੱਤਣ ਦੇ ਹੁਣ ਜਦੋਂ ਦਾਵੇ ਨੀ, ਅੰਬਰਾਂ ਨੂੰ ਜਿੱਤਣ ਦੇ ਹੁਣ ਜਦੋਂ ਦਾਵੇ ਨੀ, ਝੂਲ ਦਾ ਤਿਰੰਗਾ ਤੁਮਾ ਜੱਗ ਵਿੱਚ ਪਾਵੇ ਨੀ, ਖਾ ਕੇ ਸਲਫਾਸ ਉਦੋਂ, ਖਾ ਕੇ ਸਲਫਾਸ ਉਦੋਂ ਬਾਪੂ ਸਾਡੇ ਮੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ, ਨੇਰਿਆਂ ਚ ਚਾ ਸਾਡੇ ਲੁੱਕ ਲੁੱਕ ਰੋਏ ਨੀ, ਦੀਵੇ ਦੀ ਲੋਏ ਬੂਹੇ ਨੈਣਾ ਦੇ ਟੋਏ ਨੀ, ਦੀਵੇ ਦੀ ਲੋਏ ਬੂਹੇ। ਹਰ ਇੱਕ ਨੂੰ ਹਰ ਸ਼ੈ ਦੀ ਦਿਸਦੀ
ਹੁੰਦਾ ਫਰਕ ਨਿਗਾਹਾਂ ਦਾ ਇਹ ਪੈਂਡਾ ਅੱਖ ਝਮਕਣ ਦਾ ਤੇ ਚੱਕਰ ਸਾਰਾ ਸਾਵਾਂ ਦਾ ਇਹ ਵੇਲਾ ਪਲ ਤੋਂ ਪਲਦਾ ਏ ਪਰਛਾਵਾਂ ਧੁੱਪਾਂ ਛਾਵਾਂ ਦਾ ਬਸ ਬੰਦਿਆਂ ਨਾਲ ਪਿਆਰ ਕਰੋ ਇਹ ਕੂੜ ਮਕਾਨ ਫਨਾਵਾਂ ਦਾ ਤੇ ਗੱਲ ਕਰਨੀ ਕਸਬ ਕਮਾਲ ਬੜਾ ਕਈ ਮਾਨੇ ਯਾਰੋ ਗੱਲ ਦੇ ਨੇ ਜਿੰਨਾ ਵੀ ਸੂਰਜ ਤੇਜ਼ ਹੋਵੇ ਆਖਰ ਪਰਛਾਵੇਂ ਢਲਦੇ ਨੇ ਸੋਚਾਂ ਦੇ ਡੀਵੇ ਨਹੀਂ ਬੁਝਦੇ ਸੋਚਾਂ ਦੇ ਡੀਵੇ ਨਹੀਂ ਬੁਝਦੇ ਕਾਗਜ਼ ਦੇ ਅੱਖਰ ਜਲਦੇ ਨੇ ਜੋ ਹਰਫ ਅਸੀਂ ਅੱਜ ਲਿਖਾਂਗੇ ਉਹ ਆਉਣ ਵਾਲੀ ਕਰਦੇ ਨੇ ਕਈ ਹੋਛੇ ਵਾਰ ਸ਼ਰੀਕਾਂ ਦੇ ਕਈ ਗੈਰਤ ਵਾਲੇ ਠਲਦੇ ਨੇ ਜੇ ਖੁਦ ਮਾਲੀ ਕੁਰਬਾਨ ਹੋਵੇ ਤੇ ਬੂਟੇ ਫਲਦੇ ਫੁੱਲਦੇ ਨੇ ਤੇ ਫੁੱਲ ਬਣ ਗਏ ਬੇਲੀ ਖਾਰਾਂ ਦੇ ਆਪਣੇ ਯਾਰ ਹੀ ਜਦੋਂ ਕੰਢੇ ਬਣ ਜਾਂਦੇ ਨੇ ਨਾ ਫੁੱਲ ਬਣ ਗਏ ਬੇਲੀ ਖਾਰਾਂ ਦੇ ਵਿੱਚ ਆਣ ਪਰੋਪੇ ਹਾਰਾਂ ਦੇ ਜ਼ੁਲਮਾਂ ਦੇ ਚਰਚੇ ਮੁੱਕਦੇ ਨਹੀਂ ਹੋ ਜਾਂਦੇ ਵਿੱਚ ਬਾਜ਼ਾਰਾਂ ਦੇ ਤੇ ਗੈਰਾਂ ਦੇ ਪੱਥਰ ਫੁੱਲ ਜਾਂਦੇ ਗੈਰਾਂ ਦੇ ਪੱਥਰ ਫੁੱਲ ਜਾਂਦੇ ਪਰ ਫੁੱਲ ਨਹੀਂ ਫੁੱਲਦੇ ਯਾਰਾਂ ਦੇ ਇਹ ਸੌਦੇ ਹੁੰਦੇ ਲਗੀਆਂ ਦੇ ਇਹ ਸੌਦੇ ਹੁੰਦੇ ਪਿਆਰਾਂ ਦੇ ਤੇ ਜ਼ਰਾ ਗੌਰ ਕਰਨਾ ਮੇਰੇ ਭੈਣ ਭਾਈ ਸਾਰੇ ਬੈਠੇ ਹੋਏ ਜੇ ਔਰ ਮੈਨੂੰ ਤੁਸੀਂ ਬਹੁਤ ਹੀ ਪਿਆਰੇ ਲੱਗਦੇ ਜੇ ਸਾਨੂੰ ਵੀ ਲੱਗਦੇ ਤੁਸੀਂ ਬਹੁਤ ਸ਼ੁਕਰੀਆ ਹਾਂਜੀ ਇਸ ਦੁਨੀਆਂ ਦੇ ਵਿੱਚ ਕਾਫੀ ਏ ਇਸ ਦੁਨੀਆਂ ਦੇ ਵਿੱਚ ਕਾਫੀ ਏ ਜੀਵਨ ਦੀ ਗੱਡੀ ਥੱਕ ਲੈਣਾ ਉਹ ਕਿਧਰੇ ਵੀ ਵਿਕਣਾ ਪੈ ਜਾਵੇ ਦੂਜੇ ਦੀ ਥਾਂ ਤੇ ਵਿਕ ਲੈਣਾ ਉਹ ਕੰਮ ਜ਼ਰਫੀ ਵੀ ਕੀ ਆਦਤ ਏ ਕੰਮ ਜ਼ਰਫੀ ਵੀ ਕੀ ਆਦਤ ਏ ਗੱਲ ਸੁਣਨੀ ਪੇਛਾ ਚੱਕ ਲੈਣਾ ਇਹ ਕੰਮ ਨਹੀਂ ਹੁੰਦਾ ਇਹ ਕੰਮ ਨਹੀਂ ਹੁੰਦਾ ਮਰਦਾਂ ਦਾ ਚਾੜ ਕੇ ਪੌੜੀ ਖਿੱਚ ਲੈਣਾ ਤੇ ਭੈਣ ਜੀ ਪਦ ਕਿਵੇਂ ਹਯਾਤੀ ਕਰਨਾ ਹੈ ਉਹ ਪਦ ਕਿਵੇਂ ਹਯਾਤੀ ਕਰਨਾ ਹੈ ਵੱਲ ਕੀੜੀਆਂ ਕੋਲੋਂ ਸਿੱਖ ਲੈਣਾ ਮਰਦਾਂ ਦਾ ਇਹੋ ਹੀ ਚੱਲ ਹੈ ਮਰਦਾਂ ਦਾ ਇਹੋ ਹੀ ਚੱਲ ਹੈ ਬਸ ਕੀਤੀ ਗੱਲ ਤੇ ਟਿਕ ਜਾਣਾ ਤੇ ਆਖਰੀ ਉਹ ਕੱਲ ਯਾਰ ਅਸਾਂ ਤਾਂ ਨਹੀਂ ਹੋਣਾ ਪਰ ਸਾਡੀਆਂ ਗੱਲਾਂ ਲਿਖ ਲੈਣਾ ਜਾਨ ਜਾਤੇ ਹੈ ਬੁਲੰਦੀ ਆਸਮਾਨੋ ਕੀ ਪਰਿੰਦੋ ਕੋ ਨਹੀਂ ਤਾਲੀਮ ਦੀ ਜਾਤੀ ਉਡਾਨੋ ਕੀ ਸੋ ਇਸ ਕਮਰੇ ਚ ਆ ਕੇ ਕੋਈ ਤਾਲੀਮ ਜਾਂ ਕੋਈ ਉਡਾਨ ਦੀ ਉਹ ਕੋਈ ਤਾਲੀਮ ਦੀ ਲੋੜ ਨਹੀਂ ਹੈ ਆਪਣੇ ਆਪ ਹੀ ਇੱਥੇ ਹਵਾ 'ਚ ਕੁਛ ਐਸੀ ਗੱਲ ਆ ਜਾਂਦੀ ਹੈ ਕਿ ਹਰ ਇੱਕ ਦੇ ਅੰਦਰ ਹੀ ਕਵਿਤਾ ਆਪਣੇ ਆਪ ਉੱਠਣੀ ਸ਼ੁਰੂ ਹੋ ਜਾਂਦੀ ਹੈ ਸੋ ਅਗਲਾ ਨਾ ਮੈਂ ਗੁਜ਼ਾਰਿਸ਼ ਕਰਾਂਗੀ ਲੱਖ ਕਰਨਾਲ ਵੀ ਉਹਨਾਂ ਨੂੰ ਸਾਡੇ ਸੀਨੀਅਰ ਨੇ ਜਨਾਬ ਲੱਖ ਕਰਨਾਲ ਵੀ ਸ਼ਾਇਰ ਅੰਬਰ ਦਾ ਮੈਂ ਲਹਿੰਗਾ ਪਾਇਆ ਨੱਚਾਂ ਹਮੇਲਾਂ ਪਾ ਬੇਕੋਲ ਵਗੇ ਦਰਿਆ ਸੂਰਜ ਦਰ ਤੇ ਤੁਰਦਾ ਆਇਆ ਮੰਗਦਾ ਪਿਆ ਦੁਆ ਬੇਕੋਲ ਵਗੇ ਦਰਿਆ ਚੰਨ ਦਾ ਲੌਂਗੜ ਆਪ ਖੜਾਇਆ ਬਣ ਗਈ ਸ਼ਗਲ ਸ਼ੁਆ ਬੇਕੋਲ ਵਗੇ ਦਰਿਆ ਝਾਂਜਰ ਨਥਣੀ ਨਾਲ ਕਢਾਈ ਬਣ ਗਈ ਬਦ ਦੁਆ ਕੋਲ ਵਗੇ ਦਰਿਆ ਤਲੀ ਦਾ ਸੂਰਜ ਰੋਵੇ ਰੋਵੇ ਦਿਸਦਾ ਕੋਈ ਸ਼ਦਾ ਕੋਲ ਵਗੇ ਦਰਿਆ ਚੰਨੜਾ ਮੰਨੜਾ ਕੋਈ ਨਾ ਭਾਵੇ ਡੁੱਬਦਾ ਜਾਂ ਤਰਿਆ ਕੋਲ ਵਗੇ ਦਰਿਆ ਮੰਦੇ ਥਾਂ ਨਾ ਦੇਵੀ ਬਾਬਲ ਉੱਥੇ ਧੀ ਦਾ ਨਹੀਂ ਵਸਾ ਕੋਲ ਵਗੇ ਦਰਿਆ ਦੂਜਾ ਗੀਤ ਤੁਹਾਨੂੰ ਸੁਣਾ ਰਿਹਾ ਦੁਆ ਇਹ ਦੁਆ ਹੀ ਦੇ ਰਿਹਾ ਤੁਸੀਂ ਸਾਡੇ ਹਾਸਿਆਂ ਨੂੰ ਸਾਡੇ ਤੋਂ ਲੁਕਾਉਣ ਵਾਲਿਆ ਵੇ ਤੂੰ ਬੱਸ ਦਾ ਰਵੇ ਸਾਡੇ ਹਾਸਿਆਂ ਨੂੰ ਸਾਡੇ ਤੋਂ ਲੁਕਾਉਣ ਵਾਲਿਆ ਵੇ ਤੂੰ ਬੱਸ ਦਾ ਰਵੇ ਸਾਡੇ ਨੈਣਾਂ ਵਿੱਚ ਮੱਸਿਆ ਵਸਾਉਣ ਵਾਲਿਆ ਵੇ ਤੂੰ ਬੱਸ ਦਾ ਤੂੰਬਾ ਚਾਨਣੀ ਨਸੀਬ ਸਾਡਾ ਬਣੀ ਨਾ ਤੂੰਬਾ ਚਾਨਣੀ ਨਸੀਬ ਸਾਡਾ ਬਣੀ ਨਾ ਸੁੱਕੇ ਬੁੱਲਾਂ ਉੱਤੇ ਪਈ ਕਿਤੋਂ ਕਣੀ ਨਾ
ਚਾਨਣੀ ਨੂੰ ਤਰਸੇ ਵੇ ਚੰਦਨ ਦੀ ਗੇਲੀ ਲਾਰਿਆਂ ਦੇ ਫਾਹੇ ਲਮਕਾਉਣ ਵਾਲਿਆ ਵੇ ਤੂੰ ਬਸ ਕਰ ਤੂੰਬਾ ਚਾਨਣੀ ਨਸੀਬ ਸਾਡਾ ਬਣੀ ਨਾ ਸੁੱਕੇ ਬੁੱਲਾਂ ਉੱਤੇ ਪਈ ਕਿਤੋਂ ਕਣੀ ਨਾ ਚਾਨਣੀ ਨੂੰ ਤਰਸੇ ਵੇ ਚੰਦਨ ਦੀ ਗੇਲੀ ਲਾਰਿਆਂ ਦੇ ਫਾਹੇ ਲਮਕਾਉਣ ਵਾਲਿਆ ਵੇ ਤੂੰ ਬਸ ਕਰ ਤੱਤੀ ਜਿੰਦ ਵੇਖੀ ਹੋਕਿਆਂ ਦਾ ਸੇਕ ਸੇਕਦੀ ਪੀਰਾਂ ਤੇ ਪੈਗੰਬਰਾਂ ਦੇ ਸੀਸ ਟੇਕਦੀ ਪੱਲਾ ਅੱਡ ਕੇ ਮੰਗੇ ਵੇ ਸੁੱਖਾਂ ਤੇਰੀਆਂ ਬੋਟੀ ਬੋਟੀ ਖਾਣ ਵਾਲਿਆ ਵੇ ਤੂੰ ਬਸ ਮਨ ਦਾ ਅਜਾਣ ਪਿੰਡਾ ਲਾਸਾਂ ਲਾਸਾਂ ਹੋਇਆ ਵੇ ਲੁਕਿਆ ਨਾ ਜੱਗ ਕੋਲੋਂ ਬੜਾ ਮੈਂ ਲੁਕੋਇਆ ਵੇ ਜਿੰਦ ਵਾਲਾ ਭਾਰ ਹੁਣ ਜਾਂਦਾ ਨਹੀਂ ਉਠੋਇਆ ਵੇ ਇਸ਼ਕ ਤਵੀਤੜੀ ਪਵਾਉਣ ਵਾਲਿਆ ਵੇ ਤੂੰ ਬਸਦਾ ਵੇ ਤੂੰ ਬਸ ਮਿੱਠਾ ਮਾਂ ਕਿਉਂ ਦਾ ਛੱਤਾ ਮਿੱਠਾ ਮਾਂ ਕਿਉਂ ਦਾ ਛੱਤਾ ਜਿੰਦ ਇਸ਼ਕੇ ਨੇ ਚੋਈ ਵੇ ਹਾਲ ਇਹਦਾ ਵੇਖ ਲੈ ਫਕੀਰਨੀ ਜੀ ਹੋਈ ਵੇ ਕਦੋਂ ਇਹਨੂੰ ਮਿਲਣੀ ਤੇ ਕਿੱਥੇ ਦੱਸੀ ਢੋਈ ਵੇ ਹੋਗਾ ਹੋਗਾ ਵੇਸ ਪਵਾਉਣ ਵਾਲਿਆ ਵੇ ਤੂੰ ਬਸਦਾ ਅਸੀਂ ਘੋਗਿਆਂ ਤੇ ਸਿੱਪੀਆਂ 'ਚ ਜਾ ਰਵਾਂਗੇ ਅਸੀਂ ਘੋਗਿਆਂ ਤੇ ਸਿੱਪੀਆਂ 'ਚ ਜਾ ਰਵਾਂਗੇ ਦੁੱਖ ਆਪਣਾ ਜ਼ਮਾਨੇ ਨੂੰ ਵੀ ਨਾ ਕਵਾਂਗੇ ਸਜ਼ਾ ਇਸ਼ਕੇ ਦੀ ਹੋ ਗਈ ਸਾਡੇ ਰੱਬ ਦੀ ਰਜ਼ਾ ਹਿਜਰਾਂ ਦੇ ਭੱਠ ਵਿੱਚ ਤਾਣ ਵਾਲਿਆ ਵੇ ਤੂੰ ਬਸ ਵੇ ਮੈਂ ਮੜੀਆਂ ਲਈ ਵੇਖ ਕਿਵੇਂ ਹਾੜੇ ਕੱਢਦੀ ਵੇ ਮੈਂ ਵੜੀਆਂ ਲਈ ਵੇਖ ਕਿਵੇਂ ਹਾੜੇ ਕੱਢਦੀ ਜਿੰਦ ਚੰਦਰੀ ਨਾ ਇੱਥੋਂ ਜਿੰਦ ਚੰਦਰੀ ਨਾ ਇੱਥੋਂ ਪਰ ਖੈੜਾ ਛੱਡਦੀ ਲੱਖ ਤੁੜਵਾ ਲਏ ਕਿਲੇ ਦੀਦ ਤੇਰੀ ਵਾਸਤੇ ਵੇ ਬੇਲਿਆਂ 'ਚ ਵੰਜਲੀ ਵਜਾਉਣ ਵਾਲਿਆ ਸਾਡੇ ਨੈਣਾਂ ਵਿੱਚ ਮੱਸਿਆ ਵਸਾਉਣ ਵਾਲਿਆ ਪਤਝੜ ਵਾਂਗੂ ਲੋਕ ਉਦਾਸੇ ਸ਼ਹਿਰ ਤੇਰੇ ਵਿੱਚ ਅੱਜ ਕੱਲ੍ਹ ਫਿੱਕੇ ਫਿੱਕੇ ਹਾਸੇ ਸ਼ਹਿਰ ਤੇਰੇ ਵਿੱਚ ਪਤਝੜ ਵਾਂਗੂ ਲੋਕ ਉਦਾਸੇ ਸ਼ਹਿਰ ਤੇਰੇ ਵਿੱਚ ਅੱਜ ਕੱਲ੍ਹ ਫਿੱਕੇ ਫਿੱਕੇ ਹਾਸੇ ਸ਼ਹਿਰ ਤੇਰੇ ਵਿੱਚ ਖੁਦ ਡਰਿਆ ਹੋਇਆ ਲੱਗਦਾ ਤੇਰਾ ਰਹਿਬਰ ਵੀ ਖੁਦ ਡਰਿਆ ਹੋਇਆ ਲੱਗਦਾ ਤੇਰਾ ਰਹਿਬਰ ਵੀ ਦੇਵੇ ਦੱਸ ਫਿਰ ਕੌਣ ਦਿਲਾਸੇ ਸ਼ਹਿਰ ਤੇਰੇ ਵਿੱਚ ਦੂਰ ਦੇ ਰਾਹੀ ਦੀ ਕੀ ਤ੍ਰੇ ਬੁਝਣੀ ਹੈ ਇੱਥੇ ਦੂਰ ਦੇ ਰਾਹੀ ਦੀ ਕੀ ਤ੍ਰੇ ਬੁਝਣੀ ਹੈ ਇੱਥੇ ਦਰਿਆ ਦਿਸਦੇ ਆਪ ਪਿਆਸੇ ਸ਼ਹਿਰ ਤੇਰੇ ਵਿੱਚ ਨਾ ਕੋਈ ਦਰਦ ਦਵਾ ਖਾਲੀ ਨੇ ਹੱਥ ਤਬੀਬਾਂ ਦੇ ਨਾ ਕੋਈ ਦਰਦ ਦਵਾ ਖਾਲੀ ਨੇ ਹੱਥ ਤਬੀਬਾਂ ਦੇ ਉਂਝ ਤਾਂ ਮਿਲਦੇ ਲੱਖ ਦਰਵਾਸੇ ਸ਼ਹਿਰ ਤੇਰੇ ਵਿੱਚ ਅੱਜ ਫਿਰ ਬਾਜ਼ੀ ਹਾਰੇ ਪਾਂਡਵ ਸ਼ਕੁਨੀ ਹੱਥੋਂ ਅੱਜ ਫਿਰ ਬਾਜ਼ੀ ਹਾਰੇ ਪਾਂਡਵ ਸ਼ਕੁਨੀ ਹੱਥੋਂ ਨਕਲੀ ਨਰਦਾਂ ਝੂਠੇ ਪਾਸੇ ਸ਼ਹਿਰ ਤੇਰੇ ਵਿੱਚ ਚਾਨਣ ਵਿਕਦਾ ਵੇਖ ਕੇ ਸੂਰਜ ਮੁੱਢੋਂ ਟੁੱਟਾ ਚਾਨਣ ਵਿਕਦਾ ਵੇਖ ਕੇ ਸੂਰਜ ਮੁੱਢੋਂ ਟੁੱਟਾ ਡਿੱਗਿਆ ਹੋਣਾ ਆਸੇ ਪਾਸੇ ਸ਼ਹਿਰ ਤੇਰੇ ਵਿੱਚ ਚਾਨਣ ਵਿਕਦਾ ਵੇਖ ਕੇ ਸੂਰਜ ਮੁੱਢੋਂ ਟੁੱਟਾ ਡਿੱਗਿਆ ਹੋਣਾ ਆਸੇ ਪਾਸੇ ਸ਼ਹਿਰ ਤੇਰੇ ਵਿੱਚ ਤੋ ਆਖਰੀ ਲੈਣਾ ਜੀ ਮੁੜ ਕੇ ਫਿਰਨਾ ਦੀਪ ਜਗੇ ਦਰਗਾਹਾਂ ਉੱਤੇ ਮੁੜ ਕੇ ਫਿਰਨਾ ਦੀਪ ਜਗੇ ਦਰਗਾਹਾਂ ਉੱਤੇ ਫਕਰਾਂ ਦੇ ਜਦ ਟੁੱਟੇ ਕਾਸੇ ਸ਼ਹਿਰ ਤੇਰੇ ਵਿੱਚ ਫਕਰਾਂ ਦੇ ਜਦ ਟੁੱਟੇ ਕਾਸੇ ਸ਼ਹਿਰ ਤੇਰੇ ਵਿੱਚ ਲਫਜ਼ਾਂ ਦੀ ਪਕੜ ਦੇਖੋ ਬਹੁਤ ਖੂਬ ਬਹੁਤ ਅੱਛੇ ਰਾਜ ਜੀ ਬਹੁਤ ਖੂਬਸੂਰਤ ਕਹਿੰਦੇ ਨੇ ਕਿ ਹਰ ਆਦਮੀ ਮੇ ਹੋਤੇ ਹੈ ਦਸ ਬੀਸ ਆਦਮੀ ਜਿਸਕੋ ਵੀ ਦੇਖਣਾ ਕਈ ਵਾਰ ਦੇਖਣਾ ਸੋ ਇਹਦਾ ਕੋਈ ਪਤਾ ਨਹੀਂ ਮੈਂ ਜਿਹਦੀ ਗੱਲ ਕਰ ਰਹੀ ਹਾਂ ਕਿ ਇਕਬਾਲ ਬਰਾੜ ਅਕਸਰ ਤੁਸੀਂ ਉਹਨਾਂ ਨੂੰ ਟੀ ਵੀ ਰੇਡੀਓ 'ਤੇ ਦੇਖਦੇ ਹੋ ਜੀ ਫਾਈਨੈਂਸ਼ੀਅਲ ਪਲੈਨਰ ਬੜੇ ਵਧੀਆ ਨੇ ਪਰ ਨਾਲ ਦੇ ਨਾਲ ਬਹੁਤ ਅੱਛੇ ਗਾਇਕ ਔਰ ਅੱਜ ਉਹ ਪਤਾ ਨਹੀਂ ਸਾਡੇ ਸਾਹਮਣੇ ਮੈਨੂੰ ਅਜੇ ਤੱਕ ਕੁਛ ਨਹੀਂ ਪਤਾ ਕਿ ਉਹ ਕੀ ਪੇਸ਼ ਕਰਨਗੇ ਪਰ ਮੈਂ ਗੁਜ਼ਾਰਿਸ਼ ਕਰਾਂਗੀ ਜਨਾਬ ਇਕਬਾਲ ਬਰਾੜ ਪਹਿਲਾਂ ਤਾਂ ਭਰਾਵੋ
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਆਪ ਸਾਰਿਆਂ ਦਾ, ਪ੍ਰਧਾਨਗੀ ਮੰਡਲ। ਇਸ ਮਹਿਫਿਲ, ਐਸੀ ਸਜੀ ਮਹਿਫਿਲ ਹੋਵੇ ਤਾਂ ਮੇਰਾ ਖਿਆਲ ਸਾਰਿਆਂ ਦਾ ਜੀ ਕਰਦਾ ਗਾਉਣ ਨੂੰ, ਅਤੇ ਮੈਂ ਬੜਾ ਖੁਸ਼ ਨਸੀਬ ਹੈ ਕਿ ਮੈਨੂੰ ਮੌਕਾ ਦਿੱਤਾ ਗਿਆ, ਕਿਉਂਕਿ ਅੱਜ ਉਰਦੂ ਦੀ ਪੰਛੀ ਸਾਹਿਬ ਦੀ ਤੁਸੀਂ ਰਿਲੀਜ਼ ਕਰ ਰਹੇ ਹੋ ਉਰਦੂ ਦੀ ਸ਼ਾਇਰੀ ਦੇ ਬਾਰੇ, ਅਤੇ ਮੈਂ ਇੱਕ ਉਰਦੂ ਦੀ ਗਜ਼ਲ ਆਪਦੇ ਸਾਹਮਣੇ ਪੇਸ਼ ਕਰਾਂਗਾ। ਕਿਸੀ ਕੀ ਆਖ ਕਾ ਨੂਰ ਨਾ ਕਿਸੀ ਕੀ ਆਖ ਕਾ ਨੂਰ ਨਾ ਕਿਸੀ ਕੇ ਦਿਲ ਕਾ ਕਰਾਰ ਜੋ ਕਿਸੀ ਕੇ ਕਾਮ ਨਾ ਆ ਸਕੇ ਮੈਂ ਵੋ ਇੱਕ ਮੁਸ਼ਤ ਗੁਬਾਰ ਹੂੰ ਨਾ ਕਿਸੀ ਕੀ ਆਖ ਕਾ ਨੂਰ ਹੂੰ ਜੀਵਨ ਮੇਂ ਹਰ ਪਲ ਪਿਆਰੇ ਮੌਜ ਉਡਾ ਲੇ ਝੂਮ ਲੇ ਨਾਚ ਲੇ ਬਾਬੂ ਮਸਤੀ ਉਡਾ ਲੇ ਖੁਸ਼ੀਓ ਸੇ ਖੇਲਤੇ ਹੀ ਵਕਤ ਬਿਤਾ ਲੇ ਦੋ ਦਿਨ ਕੀ ਜ਼ਿੰਦਗੀ ਮੇਂ ਤੂੰ ਹੱਸ ਵਿਗਾ ਲੇ ਖੋ ਗਿਆ ਕਿਆ ਕਿਆ ਤੇਰਾ ਹੋਈ ਕਿਤਨੀ ਹਾਨੀ ਬੇਕਾਰ ਹੈ ਚਿੰਤਾ ਸਾਰੀ ਔਰ ਪਰੇਸ਼ਾਨੀ ਜੀਵਨ ਤੋਂ ਪਲ ਦੋ ਪਲ ਕੀ ਹੈ ਸਾਰੀ ਕਹਾਨੀ ਕਿਸ ਗਮ ਮੇਂ ਗਮਗੀਨ ਹੈ ਨਾਹਕ ਤੂੰ ਨਾਦਾਨ ਪ੍ਰਾਣੀ ਇੱਕ ਇੱਕ ਪਲ ਕੋ ਪਿਆਰੇ ਤੂੰ ਅਰਥ ਲਗਾ ਲੇ ਹੱਸ ਲੇ ਹੰਸਾ ਲੇ ਜਗ ਮੇਂ ਧੂਮ ਮਚਾ ਲੇ ਦੋ ਦਿਨ ਕੀ ਜ਼ਿੰਦਗੀ ਮੇਂ ਤੂੰ ਬਸ ਲਗਾ ਲੇ ਕਰੇਂਗੇ ਲੋ
ਤੇ ਮੇਰੇ ਘਰ 'ਚ ਦਾ ਮਾਹੌਲ ਜਿਹੜਾ ਸੀ ਉਹ ਸਾਹਿਤਕ ਮਾਹੌਲ ਸੀ। ਮੇਰੇ ਪਿਤਾ ਜੀ ਆਜ਼ਾਦੀ ਘੁਲਾਟੀਏ ਹੋਣ ਕਰਕੇ ਆਜ਼ਾਦੀ ਦੇ ਸਿਪਾਹੀ ਵੀ ਘਰਾਂ 'ਚ ਆਇਆ ਜਾਇਆ ਕਰਦੇ ਸੀਗੇ ਅਤੇ ਮੇਰੇ ਉੱਤੇ ਦੋਵਾਂ ਚੀਜ਼ਾਂ ਦਾ ਅਸਰ ਪਿਆ, ਸਾਹਿਤ ਦਾ ਵੀ ਸ਼ਾਇਰੀ ਦਾ ਵੀ ਅਤੇ ਨਿੱਗਰ ਸੋਚ, ਆਜ਼ਾਦੀ ਦੀ ਸੋਚ, ਗਾਂਹ ਵਧੂ ਸੋਚ, ਅਤੇ ਉਹ ਸੋਚ ਅਜੇ ਤੱਕ ਮੇਰੇ ਹਮਸਫ਼ਰ ਹੈ। ਔਰ ਮੈਂ ਸ਼ੁਰੂ ਵਿੱਚ ਮੈਂ ਥੋੜ੍ਹਾ ਪੰਜਾਬੀ 'ਚ ਲਿਖਿਆ, ਲੇਕਿਨ ਪਾਕਿਸਤਾਨ ਤੋਂ ਆ ਕੇ ਕੁਝ ਚਿਰ ਬਾਅਦ 1962 ਦੇ ਵਿੱਚ ਅਸੀਂ ਫਿਰ ਯੂਪੀ ਚਲੇ ਗਏ ਅਤੇ ਚੂੰਕਿ ਯੂਪੀ ਦਾ ਇਲਾਕਾ ਉਰਦੂ ਦਾ ਇਲਾਕਾ ਹੈ ਔਰ ਮੈਂ ਉਰਦੂ ਬਚਪਨ 'ਚ ਪੜ੍ਹਿਆ, ਪੰਜਵੀਂ ਜਮਾਤ ਤੋਂ ਸਾਨੂੰ ਫਾਰਸੀ ਲੱਗਿਆ ਕਰਦੀ ਸੀ ਅਤੇ ਮੈਨੂੰ ਉਰਦੂ 'ਚ ਲਿਖਣ ਲੱਗਿਆ ਜਾਂ ਹਿੰਦੀ 'ਚ ਲਿਖਣ ਲੱਗਿਆ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਈ ਔਰ ਮੈਂ ਜੰਮ ਕੇ ਲਿਖਿਆ। ਉੱਪਰ ਵਾਲੇ ਨੇ ਮੈਨੂੰ ਤਰਨਮ ਵੀ ਬਹੁਤ ਅੱਛਾ ਦਿੱਤਾ, ਇਸ ਲਈ ਮੈਂ ਯੂਪੀ ਦੇ ਮੁਸ਼ਾਇਰਿਆਂ ਦਾ ਕਾਮਯਾਬ ਸ਼ਾਇਰ ਸਮਝਿਆ ਜਾਂਦਾ ਸੀ। ਸ਼ੇਰ ਸਮਾਧ ਕੀਜੀਏਗਾ। ਆਸੂ ਛਲਕ ਪੜੇ ਤੋ ਇਨੇ ਖੁਦ ਹੀ ਪੂਛੀਏ, ਆਸੂ ਛਲਕ ਪੜੇ ਤੋ ਇਨੇ ਖੁਦ ਹੀ ਪੂਛੀਏ, ਆਏਂਗੇ ਪੂਛਨੇ ਵੀ ਤੋ ਸੌਦਾ ਕਰੇਂਗੇ ਲੋ। ਇੱਕ ਮੈਂ ਅਜੀਤ ਅਖਬਾਰ ਜਿਹੜਾ ਪੰਜਾਬੀ ਦਾ ਹੈ ਉਹਦੇ ਵਿੱਚ ਮੈਂ ਕਾਲਮਿਸਟ ਸਾਂ, ਉਹਦੇ 'ਚ ਇੱਕ ਮੈਂ ਕਾਲਮ ਲਿਖਦਾ ਸਾਂ ਨਕਸ਼ੇ ਕਦਮ, ਉਹ 2-3 ਸਾਲ ਤੱਕ ਅਖਬਾਰ 'ਚ ਬਾਕਾਇਦਗੀ ਨਾਲ ਛਪਦਾ ਰਿਹਾ। ਉਹ ਪੰਜਾਬੀ ਦੇ ਛੋਟੇ ਮਜ਼ਮੂਨ ਕੁਛ ਵਿਅੰਗ ਉਹਨਾਂ ਨੂੰ ਮੈਂ ਉਰਦੂ 'ਚ ਤਰਜਮਾ ਕਰਕੇ ਵੀ ਇੱਕ ਕਿਤਾਬ ਮੇਰੀ ਛਪੀ, ਉਹਦਾ ਨਾਮ ਹੀ ਨਕਸ਼ੇ ਕਦਮ ਹੈ। ਪੰਜਾਬੀ ਵਿੱਚ ਪੰਜਾਬ ਦੀ ਧਰਤੀ 'ਤੇ ਇੱਕ ਨਵੀਂ ਲਖਨਊ ਅਤੇ ਹੈਦਰਾਬਾਦ ਸਕੂਲ ਐਸੇ ਨੇ ਜਿਹੜੇ ਕਸੀਦਾ, ਜਿਨ੍ਹਾਂ ਨੇ ਕਸੀਦਾ ਲਿਖਿਆ ਉਸ ਵਕਤ ਰਾਜਿਆਂ ਮਹਾਰਾਜਿਆਂ। ਨਿਕਲੂੰਗਾ ਚਾਂਦ ਬਣ ਕੇ ਹਰ ਇੱਕ ਛੱਤ ਪਜਾਊਂਗਾ, ਦੇਖੂੰਗਾ ਮੁਸਕੁਰਾਊਂਗਾ, ਸੋਇਆ ਕਰੇਂਗੇ ਲੋ, ਦੇਖੂੰਗਾ ਮੁਸਕੁਰਾਊਂਗਾ, ਸੋਇਆ ਕਰੇਂਗੇ ਲੋ। ਜ਼ੋਰਦਾਰ ਤਾਲੀਆਂ ਦੇ ਨਾਲ ਦੱਸੋ ਕਿ
ਸ਼ੁਕਰੀਆ ਜੀ ਇਹ ਕਲਸੀ ਸਾਹਿਬ ਦੀ ਐਫਰਟ ਲਈ ਪਲੀਜ਼ ਗਿਵ ਹਿਮ ਬਿਗ ਹੈਂਡ ਬਹੁਤ ਸਾਥ ਹੋਏ ਸਾਡੇ ਸ਼ਹਿਰ ਪੰਜਾਬ ਦੇ ਫਾਈਨਾਂਸ ਮਿਨਿਸਟਰ ਉਦੋਂ ਸਨ ਸਾਹਿਬ ਲਵੰਤ ਸਿੰਘ ਹੁਣ ਤੇ ਉਹ ਅੱਲਾ ਨੂੰ ਬਿਹਰੇ ਹੋ ਗਏ ਜਦੋਂ ਆਏ ਤਾਂ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਉਦੋਂ ਮੈਂ ਤਾਜ਼ਾ ਪਤਨੀ ਮੁਕਤ ਹੋਇਆ ਸੀ ਸੇਵਾ ਮੁਕਤ ਅਤੇ ਮੈਂ ਕਿਹਾ ਕਿ ਤੁਸੀਂ ਕੋਈ ਐਸਾ ਅਦਾਰਾ ਪੰਜਾਬ 'ਚ ਤੱਕ ਰੱਖੋ ਜਿਹੜਾ ਕਿ ਸਾਡੇ ਸੱਭਿਆਚਾਰ ਦੇ ਲਿਖਣ ਵਾਲੇ ਗਾਉਣ ਵਾਲੇ ਜਿੱਥੇ ਜਿੱਥੇ ਵੀ ਨਾਟਕਕਾਰ ਉਹਨਾਂ ਨੂੰ ਅਸੀਂ ਉਹਨਾਂ ਦੀ ਯਾਦਾਂ ਸੰਭਾਲ ਸਕੀਏ ਤਾਂ ਕਿ ਅੱਜ ਤੋਂ 50 ਸਾਲ ਨੂੰ 100 ਸਾਲ ਨੂੰ ਕਦੀ ਰੀਸਰਚ ਕਰਦਾ ਅਤੇ ਕੋਈ ਮਾਮਲਾ ਉਹ ਲੋਕਾਂ ਲਈ ਸੁੱਖ ਹੋਵੇ ਮੇਰਾ ਮਨ ਸੀ ਪਾਕਿਸਤਾਨ 'ਚ ਲੋਕ ਵਿਰਸੇ ਵਾਲਿਆਂ ਨੇ ਆਪਣੇ ਗਾਉਣ ਵਾਲਿਆਂ ਦੀਆਂ ਡਾਕੂਮੈਂਟਰੀ ਅਤੇ ਉਹਨਾਂ ਦੇ ਗਾਣਿਆਂ ਦੀ 3-3, 4-4 ਘੰਟੇ ਦੀਆਂ ਕੁਛ ਟੇਪਸ ਬਣਾਈਆਂ ਸੀ ਇਹ ਬਹੁਤ ਕਾਮਯਾਬ ਉਹਨਾਂ ਦਾ ਯਤਨ ਸੀ ਮੈਂ ਚਾਹੁੰਦਾ ਸੀ ਸਾਡੇ ਵਾਲੇ ਪਾਸੇ ਹੋਵੇ ਅਫਸੋਸ ਹੈ ਮੈਨੂੰ ਕਹਿੰਦੇ ਕਾਕਾ ਜੇ ਤੂੰ ਚੰਡੀਗੜ੍ਹ 'ਚ ਕੋਈ ਪਲੋਟ ਲੈਣਾ ਤਾਂ ਮੈਨੂੰ ਗੱਲ ਕਰਦਾ ਕਿ ਲੈਣਾ ਵਿਰਸੇ 'ਤੇ ਸੋ ਸਾਡੇ ਪੋਲੀਟੀਸ਼ੀਅਨਾਂ ਨੂੰ ਸਾਡੇ ਆਰਟਿਸਟਾਂ ਨੂੰ ਸਾਂਭਣ ਲਈ ਉਹਨਾਂ ਕੋਲ ਸਮਾਂ ਨਹੀਂ ਕਲਸੀ ਭਾਈ ਜੀ ਦਾ ਸ਼ੁਕਰੀਆ ਇਹਨਾਂ ਨੇ ਬਹੁਤ ਕੁਛ ਕੀਤਾ ਅੱਜ ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਆਉਣ ਆਏ ਅਤੇ ਇਹਨਾਂ ਨੇ ਸਾਡੀ ਲਾਇਬ੍ਰੇਰੀ ਲਈ ਅੱਜ ਵੀ $2000 ਦਾਨ ਦਿੱਤੇ ਆ ਕਪਲ ਬ੍ਰਦਰਸ ਸੈਮ ਜੀ ਤੇ ਵੱਡੇ ਭਾਈ ਸਾਹਿਬ ਇਹ ਪੇਂਡੂ ਵੀ ਨੇ ਛੋਟੇ ਭਰਾ ਵੀ ਨੇ ਤੇ ਦਿਲ ਵੀ ਬਹੁਤ ਵੱਡਾ ਰੱਖਦੇ ਨੇ ਹਮੇਸ਼ਾ ਕਲਸੀ ਭਾਅ ਜੀ ਦੇ ਪਰਛਾਵੇਂ ਵਾਂਗੂ ਨਾ ਰਹੇ ਨੇ ਜਾਂ ਇਹ ਉਹਨਾਂ ਦੇ ਪਰਛਾਵੇਂ ਵਾਂਗੂ ਉਹਨਾਂ ਦੇ ਨਾਲ ਪਟਿਆਲੇ ਵਾਲੀਆਂ ਜੱਫੀਆਂ ਦੇਖੋ ਜਿੱਦਾਂ ਮੈਂ ਸ਼ੁਰੂ 'ਚ ਪਹਿਲਾਂ ਕਹਿ ਚੁੱਕਾ ਕਿ ਸੰਸਥਾਵਾਂ ਪਰਟੀਕੁਲਰਲੀ ਪੰਜਾਬ ਗਵਰਨਮੈਂਟ ਜਿੱਥੇ ਇੰਨਾ ਉਜਾੜਾ ਦੇ ਪੈਸਾ ਪੱਟਦੀ ਹੈ ਪੰਜਾਬੀ ਸੱਭਿਆਚਾਰ ਲਈ ਕੁਛ ਨਹੀਂ ਕਰ ਰਹੀ ਮੈਨੂੰ ਇੱਕ ਦੱਸ ਦੇ ਖਬਰ ਸ਼ੇਅਰ ਕਰਨੀ ਚਾਹੁੰਦਾ ਕਿ ਸਰਦਾਰ ਜਗਦੇਵ ਸਿੰਘ ਜੱਸੋਵਾਲੀਏ ਸਾਹਿਬ ਜਿਹੜੇ ਪਿਛਲੇ ਦਿਨਾਂ ਤੋਂ ਹਸਪਤਾਲ ਭਰਤੀ ਨੇ ਸਿਹਤ ਉਹਨਾਂ ਦੀ ਬਾਣੀ ਵਧੀਆ ਨੇ ਉਹਨਾਂ ਦੀ ਸੱਭਿਆਚਾਰ ਨੂੰ ਬਹੁਤ ਵੱਡੀ ਦੇਣ ਪੱਲਿਓਂ ਆਪਾਂ ਆਪ ਲੁਟਾ ਕੇ ਅੱਜ ਦੇ ਦਿਨ ਅਸੀਂ ਦੁਆ ਕਰਦੇ ਹਾਂ ਕਿ ਛੇਤੀ ਘਰ ਆ ਜਾਣ ਅਤੇ ਅਸੀਂ 13 ਤਰੀਕ ਅਤੇ 20 ਤਰੀਕ ਨੂੰ ਪਿਛਲੇ ਸਾਲ ਅਸੀਂ ਇੱਕ ਡਾਕੂਮੈਂਟਰੀ ਜਗਦੇਵ ਸਿੰਘ ਜੱਸੋਵਾਲ 'ਤੇ ਬਣਾਈ ਸੀ ਹਨੇਰੀਆਂ ਰਾਤਾਂ ਦਾ ਯੁੱਗ ਨੂੰ ਉਹ ਯੂਟਿਊਬ 'ਤੇ ਵੀ ਅਸੀਂ ਪਾ ਦਿੱਤੀ ਸੀ ਪਰ ਉਹ ਆਪਣੇ ਪ੍ਰੋਗਰਾਮ ਜਿਹੜਾ ਸਾਡਾ ਵਿਜ਼ਨ ਆ ਪੰਜਾਬ ਪ੍ਰੋਗਰਾਮ ਹੈ ਉਹਦੇ 'ਚ 13 ਅਤੇ 20 ਤਰੀਕ ਦਸੰਬਰ ਵਾਲੇ ਦਿਨ ਉਹ ਵਿਖਾਈ ਜਾਏ ਦੇਖ ਲਿਓ ਦੱਸ ਦਿਓ ਵਾਲੇ ਦੁਆਰੇ ਠੀਕ ਹੈ ਜੀ ਵਕੀਲ ਸਾਹਿਬ ਕਲਮਾਂ ਦਾ ਕਾਫਲਾ ਮੁੱਢਲੀ ਸਾਹਿਤਕ ਸਭਾ ਸੀ ਜਿੱਥੋਂ ਕਿ ਸਾਰੀ ਗੱਲਬਾਤ ਸ਼ੁਰੂ ਹੋਈ ਆ ਹੁਣ ਤਾਂ ਤੀਕ ਦਿਨ ਕੋਈ ਨਾ ਕੋਈ ਨਵੇਂ ਨਾਂ ਹੇਠਾਂ ਇੱਕ ਨਵੀਂ ਸੰਸਥਾ ਨਜ਼ਰ ਆਉਂਦੀ ਹੈ ਮਾੜੀ ਗੱਲ ਨਹੀਂ ਅਤੇ ਮੇਰਾ ਵਿਚਾਰ ਹੈ ਕਿ ਜਿੰਨੀਆਂ ਸੰਸਥਾ ਬਣ ਚੰਗੀ ਗੱਲ ਪਰ ਕਿਸੇ ਨਾ ਕਿਸੇ ਪਲੈਟਫਾਰਮ 'ਤੇ ਸਾਰੇ ਰਲ ਕੇ ਇਕੱਠੇ ਕੋਈ ਦਿਨ ਮਨਾਵੋ ਤਾਂ ਮਾੜੀ ਗੱਲ ਨਹੀਂ ਮੈਂ ਬੇਨਤੀ ਕਰਾਂਗਾ ਖਹਿਰਾ ਸਾਹਿਬ ਨੂੰ ਵੀ ਅਤੇ ਵਕੀਲ ਸਾਹਿਬ ਨੂੰ ਵੀ ਕਿ ਫਰਵਰੀ 'ਚ ਮਾਂ ਬੋਲੀ ਦਿਵਸ ਜਿਹੜਾ ਹੈ ਜੇ ਸਾਰੇ ਰਲ ਕੇ ਅੱਜ ਤੋਂ ਪਲਾਨ ਕਰੋ ਕਿ ਆਪਾਂ ਉਸ ਦਿਨ 'ਚ ਕੀ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਸਲੀਕੇ ਨਾਲ ਸਾਨੂੰ ਕਿਸੇ ਸੰਸਥਾ ਦੀ ਪ੍ਰਧਾਨਗੀ ਦੀ ਲੋੜ ਨਹੀਂ ਸਾਨੂੰ ਸਿਰਫ ਜੀ ਅਸੀਂ ਜੋ ਵੀ ਕਰਦੇ ਹਾਂ ਕੁਛ ਕਹਿਣਾ ਚਾਹੁੰਦਾ ਜੇ ਅਸੀਂ ਜੋ ਵੀ ਕੰਮ ਕਰਦੇ ਹਾਂ ਉਹ ਤੁਹਾਡੇ ਚਰਨਾਂ 'ਚ ਪੇਸ਼ ਕਰੀਦਾ ਤੁਸੀਂ ਅਪਰੂਵ ਕਰਦੇ ਹੋ ਸਾਡਾ ਹੌਸਲਾ ਵੱਧਦਾ ਤਾਂ ਕਿ ਅਸੀਂ ਅੱਗੇ ਤੋਂ ਅੱਗੇ ਹੋਰ ਕਰਦੇ ਰਹੀਏ ਔਰ ਅਸੀਂ ਇਹ ਕੋਸ਼ਿਸ਼ ਜਾਰੀ ਰੱਖਾਂਗੇ ਜੋ ਵੀ ਤਿਲ ਫੁੱਲ ਅਸੀਂ ਆਪਣੇ ਵਿਰਸੇ ਵਾਸਤੇ ਪੇਸ਼ ਕਰ ਸਕਦੇ ਹਾਂ ਉਹ
ਪੇਸ਼ ਕਰ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਆਉਣ ਵਾਸਤੇ ਨਜ਼ਮਾਂ ਗੀਤ ਜੋ ਕੁਛ ਵੀ ਅੱਜ ਤੁਸੀਂ ਪੇਸ਼ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਕਾਫਲੇ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਇਸੇ ਤਰ੍ਹਾਂ ਦੀਆਂ ਮਹਿਫਿਲਾਂ ਲੱਗਦੀਆਂ ਰਹਿਣੀਆਂ ਚਾਹੀਦੀਆਂ ਉਚਾਈ ਸੇ ਗੁਜ਼ਰੋ ਬਸਤੀ ਸੇ ਗੁਜ਼ਰੋ ਜਿਸ ਜਗ੍ਹਾ ਸੇ ਵੀ ਗੁਜ਼ਰੋ